ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਰ ਜਾਨੇ ਆਈ ਹੋਪ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਵਗੇ ਵੈਲਕਮ ਬੈਕ ਟੂ ਮਾਈ ਚੈਨਲ ਸੋ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਵੈਸੇ ਵੀ ਥੰਬਨੇਲ ਔਰ ਟਾਈਟਲ ਤੋਂ ਕੀ ਹੋਣ ਵਾਲਾ ਸੋ ਮੈਂ ਆਪਣੇ ਵਾਲ ਕਟਵਾਣ ਆ ਲਈ ਆ ਮੈਂ हेयर कट ਲੈ ਰਹੀ ਆ ਇਦਾਂ ਨਹੀਂ ਹੈਗਾ ਕਿ ਮੈਂ हेयर कट ਕਦੀ ਲੈ ਆਨੀ ਆ ਮੈਂ ਪਹਿਲਾਂ ਵੀ हेयर कटिंग ਵਗੈਰਾ ਕਰਾਉਂਦੀ ਰਹੀ ਆ ਐਂਡ ਮੈਂ ਬਹੁਤ ਵਾਰੀ ਕਰਾਈ ਆ ਬਟ ਇਸ ਵਾਰੀ ਮੈਂ ਥੋੜੇ ਜ਼ਿਆਦਾ 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 हेयर कट ਕਰਾ ਰਹੀ ਆ हेयर कट ਕਰਾਉਣ ਦੇ ਕਾਫੀ ਸਾਰੇ ਰੀਜ਼ਨਸ ਨੇ ਅ ਜਿਵੇਂ ਕਿ ਮੇਰੇ ਨਾਲ ਮੈਂ ਤੁਹਾਨੂੰ ਖੋਲ ਕੇ ਵਿਖਾਉਣੀ ਆ ਮਾੜਾ ਚ ਠੀਕ ਹੈ ਹੁਣੇ ਤਾਂ ਮੇਰੇ ਵਾਲ ਥੋੜੇ ਗੰਦੇ ਹੋਏ ਹੋਏ ਆ ਐਂਡ ਮੈਂ ਕੰਮ ਵੀ ਨਹੀਂ ਕੀਤੇ ਹੋਏ ਤੁਸੀਂ ਦੇਖ ਸਕਦੇ ਹੋ ਆਹਾ ਮੇਰੇ ਵਾਲ ਇਹ ਅ ਸੌਰੀ ਕਾਮ ਨਹੀਂ ਹੈਗੇ ਬਹੁਤ अजीब ਜਿਹਾ ਲੱਗ ਰਿਹਾ ਬਟ ਮੇਰੇ ਵਾਲ ਇਹ ਬਲੀਚ ਹੋਏ ਸੀਗੇ ਮਤਲਬ ਹੋਏ ਨਹੀਂ ਸੀਗੇ ਇਹ ਮੈਂ ਕਰਾਏ ਹੀ ਸੀਗੇ ਸੋ ਇਸ ਕਰਕੇ ਬਹੁਤ ਜ਼ਿਆਦਾ ਡੈਮੇਜ ਹੋ ਗਏ ਨੇ ਸੋ ਕਾਫੀ ਟਾਈਮ ਤੋਂ ਮੈਂ ਸੋਚ ਰਹੀ ਸੀਗੀ ਮੈਨੂੰ ਮਤਲਬ ਪਰਸਨਲੀ ਇਦਾਂ ਦੇ ਵਾਲ ਪਸੰਦ ਨਹੀਂ ਆ ਹਾਈਲਾਈਟਸ ਕਰਾਉਣ ਦਾ ਮੇਰਾ ਕੋਈ ਪਲਾਨ ਨਹੀਂ ਸੀਗਾ ਜੇ ਤੁਸੀਂ ਮੇਰੇ ਪਹਿਲਾਂ ਵਾਲੇ ਵਲੌਗਸ ਦੇਖੇ ਹੋਣ ਤੁਹਾਨੂੰ ਪਤਾ ਹੋਊਗਾ ਮੈਨੂੰ ਬਿਨਾ ਮਤਲਬ ਮੈਨੂੰ ਪਤਾ ਨਹੀਂ ਸੀਗਾ ਉਹ ਮੇਰੇ ਹਾਈਲਾਈਟਸ ਹੋ ਗਏ ਸੀ ਕਿ ਕਰਦੇ ਸੀ ਉਹਨਾਂ ਨੇ ਸੋ ਇਸ ਕਰਕੇ ਮੈਨੂੰ ਇਹ ਵਾਲ ਪਸੰਦ ਨਹੀਂ ਆ ਸੋ ਮੈਂ ਡਿਸਾਈਡ ਕੀਤਾ ਹੈ ਕਿ ਮੈਂ ਇਹਨਾਂ ਨੂੰ ਕੱਟ ਕਰਨਾ ਹੈ ਐਂਡ ਫਿਰ ਮੇਰਾ ਜੋ ਵਾਲਾਂ ਦਾ ਰੀਅਲ ਰੀਅਲ ਕਲਰ ਆ ਹੌਲੀ ਹੌਲੀ ਕਰਕੇ ਆਊਗਾ ਸੋ ਫਿਰ ਮੈਂ ਇਹਨਾਂ ਨੂੰ ਲੰਬੇ ਕਰਾਂਗੀ ਕਿਉਂਕਿ ਲੰਬੇ ਵਾਲ ਮੈਨੂੰ ਬਹੁਤ ਪਸੰਦ ਨੇ ਆਰ ਮੈਨੂੰ ਆਪਣੇ ਆਪ ਨੂੰ ਇਸ ਸੀਜ਼ਨ ਲਈ ਰੈਡੀ ਕਰਨ ਲਈ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਬਟ ਫਾਈਨਲੀ ਮੈਂ ਸੋਚਿਆ कि नहीं आ, मैं करूंगी और मैं सोचा यार कि मैं चेक करा लांगी अगर आहा हेयर मेरे प्रॉपर इनने भी ज्यादा डैमेज नहीं हो मतलब एक हुंदा है बहुत ज्यादा ही डैमेज हो गए जो किसी काम दे ही नहीं रहे अगर एदा दे नहीं आता, आ ता आपा एन्ना नु डोनेट करेंगे अ ਕਿਉਂਕਿ ਹੁਣ ਮੈਂ ਕਟਾਣੇ ਤਾਂ ਹੈ ਹੀ ਤਾਂ ਕਿਉਂ ਵੇਸਟ ਕਿਉਂ ਕਰਨੇ ਆ ਕਿਸੇ ਤੇ ਕੰਮ ਆ ਜਲ ਸੋ ਮੈਂ ਇੰਸਟਾਗ੍ਰam ਤੇ ਇੱਕ ਪੇਜ ਦੇਖਿਆ ਆ ਉਹਨਾਂ ਨੂੰ ਮੈਂ ਮਤਲਬ ਉਹਨਾਂ ਦਾ ਪੂਰਾ ਪੜਿਆ ਸਿਕਾ ਜਾ ਕੇ ਸੋ ਉਹਨਾਂ ਨੂੰ ਹੈਅਰ ਪਾਰਸਲ ਕਰਨੇ ਪੈਂਦੇ ਆ ਮਤਲਬ ਕਟਿੰਗ ਕਰਕੇ ਉਹਦੀ ਪੋਨੀ ਬਣਾ ਲੈਣੀ ਹੁੰਦੀ ਆ ਤੇ 12 ਇੰਚਸ ਤੱਕ ਦੀ ਲੈਂਥ ਹੋਣੀ ਚਾਹੀਦੀ ਆ ਮਤਲਬ ਡੋਨੇਟ ਕਰਨ ਵਾਸਤੇ ਸੋ ਮੈਂ ਆਪਣੇ ਦੇਖਾਂਗੀ 12 ਇੰਚਸ ਕਿੰਨੇ ਬੰਦਿਆ ਫਿਰ ਮੈਂ ਉਹਨਾਂ ਨੂੰ ਅ ਅਗਰ ਮੇਰੇ ਹੈਅਰ ਡੈਮੇਜ ਜ਼ਿਆਦਾ ਨਹੀਂ ਹੋਣਗੇ ਚੈੱਕ ਕਰਾਂਗੇ ਆਪਾਂ ਤੇ ਆਪਾਂ ਇਹਨਾਂ ਨੂੰ ਡੋਨੇਟ ਕਰ ਦੇਵਾਂਗੇ ਐਂਡ ਮੈਂ ਖੁਦ ਆਪਣੇ ਆਪ ਨੂੰ ਬਹੁਤ ਔਖਾ ਪ੍ਰਪੇਅਰ ਕੀਤਾ ਆ ਹੈਅਰ ਹੈਅਰ ਕੱਟ ਕਰਾਉਣ ਵਾਸਤੇ ਮੈਨੂੰ ਪਤਾ ਹੈ ਕਾਫੀ سارے ਲੋਕਾਂ ਨੂੰ ਮੇਰੇ ਵਾਲਾ ਨਾ ਬਹੁਤ ਪਿਆਰਾ ਹੈ ਐਂਡ ਬਹੁਤ ਕੁੜੀਆਂ ਬਹੁਤ سارے ਲੋਕੀ ਮੈਨੂੰ ਮੇਰੇ ਵਾਲਾਂ ਲਈ ਮੈਸੇਜ ਕਰਦੇ ਹੁੰਦੇ ਆ ਕਿੰਦਾ ਵੱਡਿਆ ਕਿਵੇਂ ਆ ਮਤਲਬ ਬਹੁਤ ਸੋਹਣੇ ਲੱਗਦੇ ਐਂਡ ਹੋ ਸਕਦਾ ਹੈ ਕਿ ਕਾਫੀ سارے ਲੋਕੀ ਮੈਨੂੰ ਥੋ ਡਿਸ ਅਪਾਇੰਟ ਵੀ ਹੋਣ ਕਿਉਂਕਿ ਉਹਨਾਂ ਨੂੰ ਨਹੀਂ ਹੋ ਸਕਦਾ ਉਹਨਾਂ ਨੂੰ ਚੰਗਾ ਨਾ ਲੱਗੇ ਮੇਰਾ ਵਾਲ ਕਟਾਉਣਾ ਬਟ ਮੈਨੂੰ ਇਸ ਗੱਲ ਦੀ ਪੂਰੀ ਸ਼ੋਰਟੀ ਹੈ ਕਿ ਹਾਂ ਇਹ ਥੋੜਾ ਟਫ ਡਿਸੀਜਨ ਮੈਂ ਲੈ ਰਹੀ ਆ ਤੇ ਬਹੁਤ ਸੋਚ ਸਮਝ ਕੇ ਲੈ ਰਹੀ ਹਾਂ ਔਰ ਮੈਂ ਚਾਹੁੰਦੀ ਆ ਕਿ ਮੈਂ ਆਪਣੇ ਹੈਲਦੀ ਹੈਅਰਸ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਡਰਾਈ ਆ ਮਤਲਬ ਪਤਾ ਨਹੀਂ ਕੈਮਰੇ 'ਚ ਦਿਖ ਰਹੇ ਨੇ ਨਹੀਂ ਦਿਖ ਰਹੇ ਬਹੁਤ ਡਰਾਈ ਹੋ ਚੁੱਕੇ ਨੇ ਬਿਕਸ ਆਫ ਬਲੀਚ ਉਹਨਾਂ ਨੇ ਜੋ ਮੇਰੇ ਹਾਈਲਾਈਟਸ ਕਰਤੇ ਸੀ ਉਸ ਕਰਕੇ ਉਹ ਬਹੁਤ ਜ਼ਿਆਦਾ ਡੈメージ ਹੋ ਗਏ ਨੇ ਬਹੁਤ ਔਖਾ ਹੁੰਦਾ ਇਹਨਾਂ ਨੂੰ ਮੈਨੇਜ ਕਰਨਾ ਕਿਉਂਕਿ ਥੋੜੇ ਡੈメージ ਹੋ ਚੁੱਕੇ ਨੇ ਸੋ ਮੈਨੂੰ ਇਹ ਆ ਕਿ ਥੋੜੇ ਹੈਲਦੀ ਹੈਅਰ ਆ ਜਾਣਗੇ ਸੋ ਜਿਹੜੇ ਡੈメージ ਨੇ ਉਹਨਾਂ ਨੂੰ ਆਪਾਂ ਕੱਟ ਕਰ ਦਿੰਨੇ ਆ ਸੋ ਬਹੁਤ ਟਫ ਸੀ ਮੇਰੇ ਲਈ ਡਿਸੀਜਨ ਲੈਣਾ ਘਰ ਦੇ ਨੂੰ ਮਨਾਉਣਾ ਮਮਾ ਪਾਪਾ ਸਾਰਿਆਂ ਨੂੰ ਕਨਵਿੰਸ ਕਰਨਾ ਇਸ ਚੀਜ਼ ਲਈ ਬਟ ਫਾਈਨਲੀ ਉਹ ਹੋ ਗਏ ਨੇ ਉਹਨਾਂ ਨੂੰ ਮੈਂ ਆਪਣਾ ਪੁਆਇੰਟ ਆਫ View ਦੱਸਿਆ ਸੋ ਕਨਵਿੰਸ ਹੋ ਗਏ ਨੇ ਐਂਡ ਮੈਂ ਖੁਦ ਮੈਨੂੰ ਇਹਦਾ ਲੱਗ ਰਿਹਾ ਹੈ ਇਹਦਾ ਫੀਲਿੰਗ ਆ ਰਹੀ ਹੈ ਕਿ ਮੈਂ ਕਟਾ ਕੇ ਥੋੜਾ ਜਿਹਾ ਮੈਨੂੰ ਬੁਰਾ ਤਾਂ ਲੱਗੂਗਾ ਬਟ ਇਟਸ ਓਕੇ ਆ ਮੈਂ ਫੇਰ ਵਾ ਦਾਲੂਗੀ ਮੈਂ ਬਚਪਨ ਸੇ ਮਤਲਬ ਆਈ ਗੈਸ ਆਈ ਵਾਸ ਇਨ 8th অর 9th ਆਈ ਗੈਸ ਤੇ ਉਦੋਂ ਵੀ ਮੈਂ ਆਪਣੇ Baal inne short ਕਰਲੇ ਸੀਗੇ ਮਤਲਬ ਕਰਾ ਲੇ ਸੀਗੇ ਸੋ ਮੇਰਾ ਮਿਰਰ ਵੀ ਗੰਦਾ ਹੈ ਸੌਰੀ ਸੋ ਉਦੋਂ ਵੀ ਮੈਂ ਨੇ short ਕਰਲੇ ਸੀ ਉਸ ਤੋਂ ਬਾਅਦ ਘਰ ਆ ਕੇ ਮੈਂ ਰੋਈ ਸੀਗੀ ਫੇਰ ਮੈਂ ਰੋਜ਼ ਦੁਗਤਾ ਕਰਕੇ ਤੇ ਲਾ ਕੇ ਫੇਰ ਮੈਂ ਆਪਣੇ ਇੰਨੇ ਲੰਬੇ Baal ਕਰ ਲਏ ਐਂਡ ਆਈ ਜਸਟ ਲਵ ਦਿਸ ਹੈਅਰ ਐਂਡ ਸੋ ਕਿ ਮੈਂ ਮਿਸ ਕਰਾਂਗੀ ਆਪਣੇ ਵਾਲਾਂ ਨੂੰ ਲੇਕਿਨ ਮੈਂ ਪ੍ਰੋਮਿਸ ਕਰਦੀ ਹਾਂ ਆਪਣੇ ਆਪ ਨੂੰ ਵੀ ਤੇ ਜਿਹੜੇ ਮੇਰੇ ਤੋਂ ਡਿਸਪਾਇੰਟ ਹੋਣਗੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਵੀ ਕਿ ਮੈਂ ਦੁਬਾਰਾ ਹੈਲਦੀ ਹੈਅਰ ਇੱਕਦਮ ਵਧੀਆ ਤਰੀਕੇ ਨਾਲ ਲੰਬੇ ਕਰਾਂਗੀ ਐਂਡ ਚੀਵੀ ਵੀ ਮੈਂ ਜੋ-ਜੋ ਵੀ ਆਪਣੇ ਵਾਲਾਂ ਨਾਲ ਕਰਨ ਵਾਲੀ ਹਾਂ ਮੈਂ ਸਭ ਕੁਝ ਤੁਹਾਨੂੰ ਦੱਸੂਗੀ ਐਂਡ ਇਹ ਵਲੌਗ ਚ ਬੇਸਿਕਲੀ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਕਿਵੇਂ ਕੀ ਲੋਕ ਆਉਂਦਾ ਹੈ I don't know ਮੇਰੇ ਵਾਲ ਕਿੱਦਾਂ ਦੇ ਲੱਗਣਗੇ ਬਟ ਇਟਸ ਓਕੇ ਮੈਂ ਡਿਸਾਈਡ ਕਰ ਲਿਆ ਹੈ ਐਂਡ ਆਮ ਗੋਇੰਗ ਟੂ ਡੂ ਦਿਸ ਐਂਡ ਅਗਰ ਇਹ ਹੈਲਦੀ ਹੋਣਗੇ ਮਤਲਬ ਇੰਨੇ ਤਾਂ ਹੈਲਦੀ ਹੈ ਨਹੀਂ ਆਬਵੀਅਸਲੀ ਮੈਨੇਜ ਕਰਨਾ ਬਹੁਤ ਔਖਾ ਹੋ ਰਿਹਾ ਹੈ ਬਟ ਅਗਰ ਕਿਸੇ ਕੰਮ ਆnde ਹੋਣਗੇ ਤਾਂ ਮੈਂ ਫੋਰ ਸ਼ੋਰ ਐਂਡ ਇਹਨੂੰ ਡੋਨੇਟ ਕਰਾਂਗੀ ਕਿਉਂਕਿ ਮੈਨੂੰ ਇੱਕ ਪਾਸੇ ਇੰਨੀ ਕਿ ਤਸੱਲੀ ਦਾ ਹੋਊਗੀ ਕਿ ਕੀ ਚਲੋ ਕੁਝ ਤਾਂ ਅੱਛਾ ਹੋਊਗਾ ਹੈਨਾ ਸੋ ਹੁਣ ਮੈਂ ਫਟਾਫਟ ਰੈਡੀ ਹੋ ਜਾਨੀ ਆ ਉਸ ਤੋਂ ਬਾਅਦ ਮੈਂ ਚੱਲੀਆਂ ਮम्मा ਨੂੰ ਕਨਵਿੰਸ ਕਰਦੀ ਆ ਮੇਰੇ ਨਾਲ ਚਲੋ ਤੇ ਹਿੰਮਤ ਯੂ نو ਸੋ ਗਾਇਜ਼ ਮੈਂ ਰੈਡੀ ਹੋ ਗਈ ਆ ਮਮੀ ਵੀ ਰੈਡੀ ਹੋ ਗਿਆ ਤੇ ਹੁਣ ਆਪਾਂ ਫਟਾਫਟ ਚੱਲੇ ਆ ਸਲੂਨ ਸੋ ਲੈਟਸ ਗੋ ਸੋ ਗਾਇਜ਼ ਸਲੂਨ ਜਾਂਦੇ ਹੀ ਸਭ ਤੋਂ ਪਹਿਲਾਂ ਮੇਰਾ ਹੈਡਵਾਸ਼ ਹੋਇਆ ਅੱਛੇ ਤਰੀਕੇ ਨਾਲ ਉਹਨਾਂ ਨੇ ਹੈਡਵਾਸ਼ ਕਰਕੇ ਫਿਰ ਮੇਰੇ ਵਾਲ ਡਰਾਈ ਕਰਨੇ ਆ ਮੈਂ ਉਹਨਾਂ ਨੂੰ ਕਹਾਂ ਸੀਗਾ ਕਿ ਪ੍ਰੋਪਰ ਬਲੋ ਡਰਾਈ ਕਰ ਦਿਓ ਬੀਕਿਜ਼ ਜਿਹੜਾ ਇੰਸਟਾਗ੍ਰam ਤੇ ਪੇਜ ਆ ਹੈਅਰ for hope india ਕਰਕੇ ਜਿਨ੍ਹਾਂ ਦੇ ਵੈਬਸਾਈਟ ਤੇ ਜਾ ਕੇ ਮੈਂ ਸਾਰੀ ਟਰਮਸ ਐਂਡ ਕੰਡੀਸ਼ਨਸ ਪੜੀਆਂ ਸੀਗੀਆਂ ਕਿ ਕਿਵੇਂ ਕਰਨਾ ਆ ਤਾਂ ਉੱਥੇ ਇਹ ਮੈਂਸ਼ਨ ਸੀਗਾ ਕਿ ਤੁਹਾਡੇ ਵਾਲ ਪ੍ਰੋਪਰ ਤਰੀਕੇ ਨਾਲ ਡਰਾਈ ਹੋਣੇ ਚਾਹੀਦੇ ਆ ਇਹ ਨਾ ਦੇਖੇ ਹੁਣ ਦੇਖਿਓ ਖੁੱਲੇ ਜੱਡਾ ਇਦਾਂ ਵੀ ਚਲਾ ਲਓ ਇਦਾਂ ਵੀ ਚਲ ਕੇ ਕੈਨਸਲ ਹੁਣ ਲਈ ਮੰਮੀ ਚਾਹੁੰਦੀ ਹੈ ਕਿ ਮੈਂ ਕੈਨਸਲ ਕਰਾਂ ਮੈਂ ਮਾਇੰਡ ਮੂਮੈਂਟ ਤੱਕ ਸੋਚ ਰਹੀ ਸੀ ਕਿ ਮੈਂ ਪਲਾਨ ਡ੍ਰੌਪ ਕਰਦਾ ਬਟ ਮੈਂ ਪੂਰਾ ਆਪਣਾ ਮਨ ਪੱਕਾ ਕਰਕੇ ਗਈ ਸੀ ਕਿ ਹੁਣ ਡਿਸਾਈਡ ਕਰ ਲਿਆ ਤਾਂ ਹੁਣ ਪ੍ਰੋਪਰ ਤਰੀਕੇ ਨਾਲ ਉਹਨਾਂ ਨੇ ਮੇਰੇ ਵਾਲ ਡਰਾਈ ਕਰਤੇ ਆ ਹੁਣ ਇਹਨਾਂ ਨੇ ਪਾਰਟੀਸ਼ਨ ਕਰਨਿਆ ਦੋ ਪਾਰਟੀਸ਼ਨ ਕਰਕੇ ਅ ਦੋ ਗੁੱਤਾਂ ਟਾਈਪ ਥੱਲੇ ਜੀ ਮਤਲਬ ਜਿੱਥੋਂ ਕੱਟਨੇ ਆ ਉੱਥੋਂ ਉਹਨਾਂ ਨੇ ਦੋ ਗੁੱਤਾਂ ਕਰਨ ਨੂੰ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਬਿਕੋਜ਼ ਸਾਰੇ ਇਕੱਠੇ ਤਾਂ ਕੱਟਣਾ ਹੀ ਹੋਣੇ ਸੀ ਔਖਾ ਹੋਣਾ ਸੀ ਇਸ ਕਰਕੇ ਦੋ ਪਾਰਟੀਸ਼ਨ ਕਰਕੇ ਆਪਾਂ ਇਹ ਤਾਂ ਗੋਤ ਕਰਕੇ ਥੱਲੇ ਰਬੜ ਲਾ ਦੇਨੀ ਆ ਉਸ ਤੋਂ ਬਾਅਦ ਇਦਾਂ ਕਰਕੇ ਕਟਿੰਗ ਕੀਤੀ ਸੀਗੀ ਆ ਆ ਜਿੰਨੇ ਵੀ हेयर ਥੱਲੇ ਨੇ ਇਹ ਪ੍ਰੋਪਰ ਮੈਂ ਰਬੜ ਨਾਲ ਇਹਨਾਂ ਨੂੰ ਟਾਈ ਕਰਕੇ ਰੱਖ ਲਿਆ ਆ ਆਪਣੇ ਕੋਲ ਐਂਡ ਇਹਨਾਂ ਨੂੰ ਪਾਰਸਲ ਕਰਨਾ ਆ ਇਦਾਂ ਮੈਂ ਦੋਨੋਂ 12 ਇੰਚਸ ਮਿਨੀਮਮ ਹੋਣੇ ਹੀ ਚਾਹੀਦੇ ਆ ਤੁਹਾਡੇ ਬਾਲ Uh, 12 ਇੰਚਸ ਤੋਂ ਕੱਟ ਡੋਨੇਟ ਨਹੀਂ ਹੁੰਦੇ ਆ ਸੋ ਪਹਿਲਾਂ ਆਪਾਂ ਜਿਹੜੇ ਡੋਨੇਟ ਕਰਨੇ ਸੀਗੇ ਉਹ ਅਲੱਗ ਤੋਂ ਕੱਟ ਕੇ ਰੱਖ ਲਿਆ ਸੋ ਮੈਂ ਉੱਥੇ ਦੇਖਿਆ ਸੀਗਾ ਪੇਜ ਤੇ ਮੈਂਸ਼ਨ ਸੀਗਾ ਕਿ ਗ੍ਰੀਨ ਕਲਰ ਜਾਂ ਪਰਪਲ ਕਲਰ ਮਤਲਬ ਇਦਾਂ ਦੇ ਕਲਰਸ ਜਿਹੜੇ ਹੁੰਦੇ ਆ ਉਹ ਕਲਰਸ ਤੇ ਵਾਲ ਨਹੀਂ ਡੋਨੇਟ ਹੁੰਦੇ ਬਿਕਸ ਉਹਦਾਂ ਦੇ ਵੇਕ ਨਹੀਂ ਕੋਈ ਬਨਵਾਉਂਦਾ ਆ ਇੰਡੀਅਨਸ ਪ੍ਰੇਫਰ ਨਹੀਂ ਕਰਦੇ ਆ ਸੋ ਨਾਰਮਲ ਅਗਰ ਬਲੈਕ ਕਲਰ ਆ ਜਾਂ ਇਦਾਂ ਦਾ ਕੁਝ ਕਲਰ ਆ ਤਾਂ ਤੁਸੀਂ ਕਰ ਸਕਦੇ ਹੋ ਰਨੇਟ ਐਂਡ ਜ਼ਿਆਦਾ ਤੁਹਾਡੇ ਵਾਲ ਡੈਮੇਜ ਨਹੀਂ ਹੋਣੇ ਚਾਹੀਦੇ ਆ ਐਂਡ ਕੋਈ ਹੋਰ ਪ੍ਰੋਡਕਟ ਨਹੀਂ ਲੱਗਾ ਹੋਣਾ ਚਾਹੀਦਾ ਜਦੋਂ ਤੁਸੀਂ ਕੱਟ ਕਰਕੇ ਰੱਖਣਾ ਆ ਸੋ ਸਿਰਫ ਵਾਸ਼ ਹੋਣੇ ਚਾਹੀਦੇ ਆ ਐਂਡ ਡਰਾਈ ਹੋਣੇ ਚਾਹੀਦੇ ਆ ਪ੍ਰੋਪਰ ਤਰੀਕੇ ਨਾਲ ਸੋ ਹੁਣ ਉਹਨਾਂ ਨੇ ਮੇਰੇ ਜਿਹੜੇ ਡੋਨੇਸ਼ਨ ਵਾਲੇ ਵਾਲ ਸੀਗੇ ਉਹ ਤਾਂ ਮੈਂ ਅਲੱਗ ਤੋਂ ਟਾਈ ਕਰਕੇ ਰੱਖ ਲੇ ਤੇ ਹੁਣ ਉਹ ਸਟ੍ਰੇਟ ਕਟਿੰਗ ਪਿੱਛੋਂ ਕਰ ਦੇਣਗੇ ਮੇਰੇ ਵਾਲਾਂ ਦੇ ਬਿਕਾਜ਼ ਮੈਂ ਜਦੋਂ ਕੱਟ ਕੀਤੇ ਸੀਗੇ ਉਹ ਥੋੜੇ ਉੱਪਰ-ਨੀਚੇ ਆ ਸੋ ਉਹ ਚੰਗੇ ਨਹੀਂ ਲੱਗਣੇ ਇਸ ਕਰਕੇ ਫਿਰ ਪਿੱਛੋਂ ਉਹਨਾਂ ਨੇ ਇੱਕ ਤਾਂ ਮੈਂ ਕਿਹਾ ਸੀ ਸਟ੍ਰੇਟ ਹੀ ਚਾਹੀਦਾ ਮੈਨੂੰ ਸੋ ਹੋਰ ਕੋਈ ਕਟਿੰਗ ਮੈਂ ਲੈਣੀ ਨਹੀਂ ਸੀਗੀ ਮੈਨੂੰ ਸਟ੍ਰੇਟ ਹੀ ਚਾਹੀਦੇ ਸੀਗੇ ਸੋ ਗਾਇਜ਼ ਇੱਥੇ ਡਿਸਕਸ਼ਨ ਚੱਲ ਰਿਹਾ ਸੀਗਾ ਐਂਡ ਸਾਰੇ ਸਲੂਨ ਵਾਲੇ ਵੀ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਡਾ ਬਹੁਤ ਵੱਡਾ ਦਿਲ ਕਰਕੇ ਤੁਸੀਂ ਆਏ ਲੱਗਦੇ ਹੋ ਤੇ ਫਿਰ ਉਹਨਾਂ ਨੇ ਮੇਰੀ ਹੌਨ ਸਟ੍ਰੇਟ ਕਟਿੰਗ ਕਰ ਦੇਣੀ ਆ ਐਂਡ ਮੰਮਾ ਨੂੰ ਉਦੋਂ ਵੀ ਟੈਨਸ਼ਨ ਲੱਗੀ ਸੀ ਕਿ ਬੱਸ ਹੁਣ ਹੋਰ ਛੋਟੇ ਨਾ ਕਰਹੀਂ ਲੈਂਥ ਇੰਨੇ ਹੀ ਰਹਿਣ ਦੇ ਔਰ ਮੈਂ ਨਹੀਂ ਕਰਾਉਣੇ ਸੀ ਹੋਰ ਛੋਟੇ ਬਸ ਸਟ੍ਰੇਟ ਮਤਲਬ ਜਿਹੜੇ ਮੈਂ ਉੱਪਰ-ਨੀਚੇ ਕੱਟਦੇ ਸੀਗੇ ਉਹਨਾਂ ਨੂੰ ਉਹਨਾਂ ਨੇ ਸਿੱਧਾ ਕਰਕੇ ਮਤਲਬ ਸੈਟ ਕਰਕੇ ਕੱਟਦਾ ਐਂਡ ਜੋ ਭਾਇਆ ਮੇਰੇ हेयर कट ਕਰ ਰਿਹਾ ਉਹਨਾਂ ਨੇ ਮम्मा ਨੂੰ ਕਿਹਾ ਕਿ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਦੇ ਵਾਲਾਂ ਦੀ ਗਰੋਥ ਹੈਗੀ ਐ ਉੱਪਰੋਂ ਬਹੁਤ ਹੈਲਦੀ ਹੇਅਰ ਨੇ ਸੋ ਵਧੀਆ ਤਰੀਕੇ ਨਾਲ ਲੰਬੇ ਹੋ ਜਾਣਗੇ ਡੋਂਟ ਵਰੀ ਸੋ ਮੈਨੂੰ ਥੋੜਾ ਹੋਰ ਹੌਸਲਾ ਮਿਲ ਗਿਆ ਚਲੋ ਠੀਕ ਐ सो फाइनली गाइज मेरी कटिंग कंप्लीट हो गई पूरे तरीके एंड मेरी मम्मा न मेरे बाल स्ट्रेट ही ठीक लग रहे मम्मी कदा ही रहन मैं सोड़े जै करल पवा लव सो so मैं क्या चलो बई करल्स पवा के देखते हैं एंड ममा कहें नहीं मैं करल्स नहीं वीया लगे लेकिन मैनू बहुत वधिया लगे थे करल्स मैं बहुत सोहने लगते करल इस करके मैं पवा ही ले सो so, गाइज मैं घर आ गई हेयर कट हो गया ਅ ਕਲਸ ਕਰਕੇ ਥੋੜੇ ਜੇ ਮਤਲਬ ਹੋਰ ਲੈਂਥ ਛੋਟੀ ਲੱਗ ਰਹੀ ਹੈ ਬਟ ਇਟਸ ਓਕੇ ਕੋਈ ਗੱਲ ਨਹੀਂ ਆਪਾਂ ਵਧਾਈ ਲੈਣੇ ਆ ਤੇ ਬਾਕੀ ਯੈਸ ਇਹੀ ਸੀਗਾ ਅੱਜ ਦਾ ਵਲੌਗ ਐਂਡ ਆਮ ਰੀਲੀ ਸੌਰੀ ਅਗਰ ਕੋਈ ਲੋਕ ਕੀ ਡਿਸਪਾਇੰਟ ਹੋਏ ਮੇਰੇ ਡਿਸੀਜਨ ਤੋਂ ਐਂਡ ਮੈਂ ਆਪਣੇ ਹੈਅਰਸ ਲੈ ਕੇ ਆ ਗਈਆਂ ਉਹ ਮੈਂ ਹੁਣ ਪਾਰਸਲ ਕਰ ਦੇਣੇ ਆ ਇੱਕ ਐਡਰੈਸ ਹੈਗਾ ਆ ਤੇ ਮੈਂ ਚੈੱਕ ਕਰਾ ਲਏ ਸੀਗੇ ਉਹ ਡੋਨੇਟ ਹੋ ਜਾਣਗੇ ਕਿਉਂਕਿ ਇੰਨੇ ਵੀ ਡੈਮੇਜ ਨਹੀਂ ਹੈ ਕਿ ਵੇਕਣਾ ਵੰਦ ਸਕੇ ਬਾਕੀ ਹੁਣ ਉਹ ਡੋਨੇਟ ਕਰ ਦਾਂਗੇ ਤੇ ਐਡਰੈਸ ਤੇ ਪਾਰਸਲ ਕਰਨੇ ਪੈਣੇ ਬਾਕੀ ਮੈਨੂੰ ਤਾਂ ਪਸੰਦ ਆਏ ਆ ਅ ਤੁਸੀਂ ਦੱਸ ਦਿਓ ਕਮੈਂਟ ਕਰਕੇ ਐਂਡ ਯਾ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋ ਗਾਗਰ ਵਧੀਆ ਲੱਗਾ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਐਂਡ ਮਿਲਦੇ ਆਂ ਨੈਕਸਟ ਵਲੌਗ 'ਚ